ਉਧਰ ਦੂਸਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਰੋਪੜ ਵੱਲ ਜਾ ਰਹੇ ਸੀ, ਪਰ ਬਚਿੱਤਰ ਸਿੰਘ ਜੀ ਦੇ ਜਿਨ੍ਹਾਂ ਨੇ ਨਾਗਣੀ ਮਾਰੀ ਸੀਗੀ ਉਹਨਾਂ ਦੇ ਦੋ ਗੋਲੀਆਂ ਨਾ ਪੱਟ ਤੇ ਲੱਗ ਗਈਆਂ। ਪੱਟ ਤੇ ਗੋਲੀਆਂ ਲੱਗਣ ਦੇ ਜਦੋਂ ਲੱਗੀਆਂ ਤੇ ਬਾਬਾ ਅਜੀਤ ਸਿੰਘ ਨੇ ਉਹਨਾਂ ਨੂੰ ਹੱਥ ਤੋਂ ਫੜ ਕੇ ਘੋੜੇ ਤੇ ਬਾ ਲਿਆ। ਘੋੜੇ ਤੇ ਬਾਣ ਤੋਂ ਬਾਅਦ ਉਹਨਾਂ ਨੇ ਕਿਹਾ ਤੁਸੀਂ ਸਾਡੇ ਨਾਲ ਪਿਤਾ ਗੁਰਦੇਵ ਕੋਲ ਚੱਲੋ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਪੜ ਵੱਲ ਜਾ ਰਹੇ ਸੀ, ਰਸਤੇ ਦੇ ਅੰਦਰ ਗੁਰਦੁਆਰਾ ਭੱਠਾ ਸਾਹਿਬ ਹੈ, ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਨੇ। ਭੱਠਾ ਸਾਹਿਬ ਵਾਲੇ ਅਸਥਾਨ ਦੇ ਉੱਤੇ ਨਿਹੰਗ ਕੋਟਲਾ ਖਾਨ ਨੇ ਕਿਹਾ ਉਹ ਗੁਰੂ ਦਾ ਸਿੱਖ ਸੀ। ਮਹਾਰਾਜ ਤੇ ਚੱਪੇ ਚੱਪੇ ਨਾਲ ਵਾਕਫ ਸਨ। ਇਤਿਹਾਸ ਖਾਲਸਾ ਜੀ ਬਹੁਤ ਲੰਬਾ ਹੈ, ਜੇ ਸਾਰਾ ਵਿਸਥਾਰ ਨਾਲ ਦੱਸੀਏ ਤਕਰੀਬਨ 3 ਮਹੀਨੇ ਕਥਾ ਹੋਵੇ ਤਾਂ ਸ਼ਹੀਦੀ ਪ੍ਰਸੰਗ ਹੋ ਸਕਦਾ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਨਿਹੰਗ ਕੋਟਲੇ ਖਾਨ ਨੇ ਕਿਹਾ ਮਹਾਰਾਜ, ਮੁਸਲਮਾਨ ਸਿੱਖ ਸੀ ਮਹਾਰਾਜ ਦਾ, ਕਿਹਾ ਮਹਾਰਾਜ ਮੈਨੂੰ ਸੇਵਾ ਦਾ ਮੌਕਾ ਦਿਓ, ਰਾਤ ਇੱਥੇ ਹੀ ਰੁਕ ਜਾਓ। ਸੱਚੇ ਪਾਤਸ਼ਾਹ ਰਾਜਨੀਤੀ ਦਾ ਜੰਗ ਦਾ ਦਾਓ ਖੇਡਣਾ ਚਾਹੁੰਦੇ ਸੀ। ਮਹਾਰਾਜ ਕਿਹਾ ਅਸੀਂ ਤੁਰਕ ਪਹਾੜੀਆਂ ਨੂੰ ਥਕਾ ਥਕਾ ਕੇ ਭਜਾ ਭਜਾ ਕੇ ਫਿਰ ਜੰਗ ਲੜਾਂਗੇ। ਇਹ ਵੀ ਜੰਗ ਦਾ ਇੱਕ ਦਾਅ ਹੁੰਦਾ, ਇੱਕ ਤਾਂ ਦੁਸ਼ਮਣ ਤੱਤਾ ਦਿੱਤਾ ਆਇਆ, ਤਾਜ਼ਾ ਖਾ ਪੀ ਕੇ ਆਇਆ, ਉਹਦੇ ਨਾਲ ਲੜਨ ਲੱਗ ਜਾਣਾ ਉਹ ਤਾਂ ਹਾਰ ਜਾਂਗੇ। ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਭਜਾਵਾਂਗੇ, ਚਮਕੌਰ ਸਾਹਿਬ ਤੱਕ ਭਜਾਇਆ, ਜਦੋਂ ਥੱਕ ਗਏ ਹੰਭ ਗਏ ਫਿਰ ਜੰਗ ਕੀਤਾ, ਜੰਗ ਦਾ ਦਾਅ ਖੇਡਿਆ ਉਹਨਾਂ। ਗੁਰੂ ਪਾਤਸ਼ਾਹ ਨੇ ਨਿਹੰਗ ਕੋਟਲੇ ਖਾਨ ਨੂੰ ਕਿਹਾ ਸਾਡਾ ਇੱਕ ਸਿੰਘ ਬਹੁਤ ਜ਼ਖਮੀ ਹੋ ਗਿਆ, ਜੇ ਤੂੰ ਸੇਵਾ ਹੀ ਕਰਨਾ ਚਾਹੁੰਦਾ ਉਹ ਸਿੰਘ ਨੂੰ ਰੱਖ ਲੈ। ਬਾਬਾ ਬਚਿੱਤਰ ਸਿੰਘ ਜਿਨ੍ਹਾਂ ਨੇ ਨਾਗਣੀ ਮਾਰੀ ਸੀਗੀ ਹਾਥੀ ਦੇ ਸਿਰ ਦੇ ਅੰਦਰ 16 ਜਨਵਰੀ 1704 ਨੂੰ ਕਿਲ੍ਹਾ ਲੋਹਗੜ੍ਹ ਦੇ ਅਸਥਾਨ ਦੇ ਉੱਤੇ ਉਹਨਾਂ ਨੂੰ ਉਹਨਾਂ ਦੇ ਘਰ ਟਿਕਾਇਆ ਤੇ ਤੁਰਕੀ ਫੌਜ ਪਿੱਛੋਂ ਭੱਜ ਕੇ ਲੱਭ ਰਹੀ ਸੀਗੀ ਗੁਰੂ ਨੂੰ, ਤੇ ਆਉਂਦੇ ਉਹਨਾਂ ਨੇ ਨਿਹੰਗ ਕੋਟਲਾ ਖਾਨ ਦਾ ਘਰ ਵੀ ਖੜਕਾ ਦਿੱਤਾ ਤੇ ਘਰ ਦੇ ਬਾਹਰ ਕੁਝ ਚਿੰਨ ਐਸੇ ਘੋੜਿਆਂ ਦੇ ਪਾਉਂ ਦਿਖੇ, ਉਹਨਾਂ ਨੂੰ ਸ਼ੱਕ ਹੋਇਆ। ਉਹਨਾਂ ਨੇ ਕਿਹਾ ਨਿਹੰਗ ਕੋਟਲਾ ਖਾਨ ਗੁਰੂ ਤਾਂ ਨਹੀਂ ਆਇਆ, ਕਿਹਾ ਗੁਰੂ ਇੱਥੇ ਸਾਡੇ ਕੋਲ ਨਹੀਂ ਆਇਆ, ਕਿਹਾ ਅਸੀਂ ਤੇਰੇ ਘਰ ਦੀ ਤਲਾਸ਼ੀ ਲੈਣਾ ਚਾਹੁੰਦੇ ਹਾਂ। ਇਹ ਇਤਿਹਾਸ ਗੁਰਦੁਆਰਾ ਭੱਠਾ ਸਾਹਿਬ ਦਾ ਰੋਪੜ ਦਾ, ਤੇ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਮਹਾਰਾਜ ਤਾਂ ਹੁਣ ਅੱਗੇ ਨੂੰ ਹੋ ਗਏ ਚਮਕੌਰ ਸਾਹਿਬ, ਉੱਧਰ ਦੂਸਰੇ ਪਾਸੇ ਨਿਹੰਗ ਕੋਟਲਾ ਖਾਨ ਨੂੰ ਆ ਕੇ ਤੁਰਕੀ ਫੌਜਾਂ ਨੇ ਕਿਹਾ ਤਲਾਸ਼ੀ ਲੈਣੀ ਹੈ। ਬਾਬਾ ਬਚਿੱਤਰ ਸਿੰਘ ਅੰਦਰ ਕਮਰੇ 'ਚ ਸਨ, ਉਸਦੀ ਲੜਕੀ ਦਾ ਨਾਮ ਸੀ ਮੁਮਤਾਜ਼। ਮੁਮਤਾਜ਼ ਉਸ ਕਮਰੇ ਦੇ ਅੰਦਰ ਚਲੀ ਗਈ ਤੇ ਜਾ ਕੇ ਬਾਬਾ ਬਚਿੱਤਰ ਸਿੰਘ ਜਿੱਥੇ ਜ਼ਖਮੀ ਲੇਟੇ ਹੋਏ ਸਨ, ਬੇਹੋਸ਼ ਸਨ, ਜਾ ਕੇ ਉਸੀ ਬਿਸਤਰੇ ਦੇ ਉੱਤੇ ਬਹਿ ਗਈ ਤੇ ਨਿਹੰਗ ਕੋਟਲਾ ਖਾਨ ਨੂੰ ਪੁੱਛਦੇ ਨੇ ਕਿ ਉਸ ਕਮਰੇ ਦੇ ਅੰਦਰ ਕੀ ਹੈ। ਉਹ ਕਹਿੰਦਾ ਉਸ ਕਮਰੇ 'ਚ ਨਾ ਜਾਇਓ, ਉੱਥੇ ਮੇਰਾ ਜਵਾਈ ਹੈ, ਮੇਰੀ ਧੀ ਹੈ। ਉਹਨਾਂ ਨੇ ਕਿਹਾ ਅਸੀਂ ਫੇਰ ਵੀ ਤਾਕੀ 'ਚੋਂ ਦੇਖਣਾ ਚਾਹੁੰਦੇ। ਤਾਕੀ 'ਚੋਂ ਦੇਖਿਆ ਬੀਬੀ ਮੁਮਤਾਜ਼ ਬਾਬਾ ਬਚਿੱਤਰ ਸਿੰਘ ਜੀ ਦੇ ਕੋਲ ਬੈਠੀ ਸੀ। ਉਹਨਾਂ ਨੇ ਕਿਹਾ ਕੀ ਗੱਲ ਤੇਰੇ ਜਵਾਈ ਨੂੰ ਕੀ ਹੋਇਆ? ਕਹਿੰਦੇ ਉਹ ਉਸਨੂੰ ਬੁਖਾਰ ਹੈ, ਮੇਰੀ ਲੜਕੀ ਉਸਦਾ ਇਲਾਜ ਕਰ ਰਹੀ। ਇੰਨੀ ਗੱਲ ਕਹਿ ਕੇ ਤੁਰਕ ਚਲੇ ਗਏ ਤੇ ਬੀਬੀ ਮੁਮਤਾਜ਼ ਨੇ ਸੋਚਿਆ ਅੱਜ ਮੇਰੇ ਪਿਤਾ ਨੇ ਮੇਰੇ ਨਾਲ ਬਚਨ ਕੀਤਾ ਹੈ। ਤੁਰਕਾਂ ਨੂੰ ਕਿਹਾ ਵੀ ਮੇਰਾ ਜਿਹੜਾ ਜਵਾਈ ਹੈ ਉਹ ਕਮਰੇ 'ਚ ਹੈ, ਅੱਜ ਤੋਂ ਮੈਨੂੰ ਆਪਣਾ ਪਤੀ ਮੰਨ ਲਿਆ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ ਬਲਿਹਾਰ ਜਾਈਏ ਅਸੀਂ ਧੀਆਂ ਤੋਂ। ਉਹ ਬੱਸੀ ਪਠਾਣੇ ਪਿੰਡ ਦੇ ਅੰਦਰ ਮੰਗੀ ਹੋਈ ਸੀ, ਵਿਆਹ ਨਹੀਂ ਕੀਤਾ ਸਾਰੀ ਉਮਰ। 2 ਦਿਨ ਬਾਅਦ ਬਾਬਾ ਬਚਿੱਤਰ ਸਿੰਘ ਚੜ੍ਹਾਈ ਕਰ ਗਏ, ਸਾਰੀ ਉਮਰ ਮੁਮਤਾਜ਼ ਕੁਆਰੀ ਕੱਟੀ ਬਾਬਾ ਬਚਿੱਤਰ ਸਿੰਘ ਨੂੰ ਪਤੀ ਮੰਨ ਕੇ। ਉੱਥੇ ਬਾਬਾ ਬਚਿੱਤਰ ਸਿੰਘ ਦਾ ਰੋਪੜ ਭੱਠਾ ਸਾਹਿਬ ਦੇ ਬਿਲਕੁਲ ਲਾਗੇ ਤੇ ਸੰਸਕਾਰ ਹੋਇਆ ਸੀ। ਨਿਹੰਗ ਕੋਟਲਾ ਖਾਨ ਦੀ ਹਵੇਲੀ ਹੈ, ਉੱਥੇ ਉਹ ਸਥਾਨ ਵੀ ਬਣਿਆ। ਦਾਸ ਨੇ ਬਹੁਤ ਵਾਰ ਦਰਸ਼ਨ ਵੀ ਕੀਤੇ ਉਸ ਸਥਾਨ ਦੇ ਉੱਤੇ। ਪਹਿਲੇ ਤੇ ਉਹ ਕਿਸੇ ਬਾਣੀਏ ਪਰਿਵਾਰ ਕੋਲ ਸੀ, ਉਹ ਦੇ ਨਹੀਂ ਰਹੇ ਸੀ, ਪਰ ਸਿੰਘਾਂ ਨੇ ਮੋਰਚਾ ਮਾਰਿਆ, ਉਹ ਜਗ੍ਹਾ ਖਰੀਦ ਲਈ ਹੈ। ਤਕਰੀਬਨ 6 ਸਾਲ ਪਹਿਲੇ ਉਹ ਜਗ੍ਹਾ ਖਾਲਸੇ ਪੰਥ ਕੋਲ ਆ ਗਈ ਹੈ। ਉੱਥੇ ਬੜਾ ਸੁੰਦਰ ਗੁਰਦੁਆਰਾ ਵੀ ਬਣਿਆ।